ਇਤਸ਼ਾਮ ਸਾਹਿਬ ਸਰ ਜਿਹੜੇ ਇਤਸ਼ਾਮ ਸਾਹਿਬ ਈਟੀ ਸਟੂਡੀਓ ਹਾਂਜੀ ਉਹ ਮੇਰੀ ਤਸਵੀਰ ਸਾਫ਼ ਆ ਸਕਦੀ ਉਹਨਾਂ ਕੋਲੋਂ ਦੇਖੋ ਉਹਨਾਂ ਨੇ ਮਸ਼ੀਨਾਂ ਜਿੰਨੀਆਂ ਉਹਨਾਂ ਕੋਲ ਐਸਨ ਜੀ ਉਹ ਟਰਾਈ ਕੀਤੀਆਂ ਨੇ ਠਾਕਰ ਸਾਹਿਬ ਖੁਦ ਇੱਕ ਬਾਰਿਸ਼ ਦਾ ਪਹਿਲਾ ਕਮਜ਼ੋਰ ਕਤਰਾ ਬਣਿਆ ਇਸ ਵਾਲੇ ਨਾਲ ਪੁਰਾਣੇ ਸਟੇਸ਼ਨਾਂ ਤੇ ਤੁਹਾਡੇ ਮੂੰਹ ਵਰਗੇ ਪਰਨਾਲੇ ਹੁੰਦੇ ਨੇ ਜਦੋਂ ਬਾਰਿਸ਼ ਤੁਹਾਨੂੰ ਫੀਮੇਲ ਕਹਿਣਾ ਕਿ ਮੇਲ ਕੀ ਇਹ ਕੀ ਹੋਣਗੇ ਇਹਨਾਂ ਨੂੰ ਤੁਸੀਂ ਉਹ ਜਿਹੜਾ ਫੀਮੇਲ ਤੋਂ ਇਲਾਵਾ ਇੱਕ ਹੁੰਦਾ ਨਰਮ ਮੇਲ ਕੀ ਕਹਿੰਦੇ ਹੋ ਹਾਂਜੀ ਹਾਂਜੀ ਜੀ ਮੇਲ ਜੀ ਮੇਲ ਜੀ ਮੇਲ ਤੇ ਅੱਜ ਕੀ ਹੈ ਜੀ ਸ਼ਿਲਤਨ ਪਿਓਰ ਦਾ ਅੱਜ ਮੇਰੇ ਕੋਲ ਹੈ ਜੀ ਮੈਨ ਹੇਅਰ ਗਰੋਥ ਸ਼ੈਂਪੂ ਵਾਲਾਂ ਦੀ ਗਰੋਥ ਵਾਸਤੇ ਵਧਾਉਣ ਵਾਸਤੇ ਤੇ ਤੂੰ ਕਾਹਦੇ ਲਈ ਕਰ ਰਿਹਾ ਫਿਰ ਮੈਨੂੰ ਕਰਨ ਦੇ ਮੇਰੇ ਵਾਲ ਵਧੇ ਆ ਚੱਲ ਤੂੰ ਕਰ ਲੈ ਭਾਈ ਹਾਂਜੀ ਮੈਨ ਹੋ ਮੈਨ ਹੇਅਰ ਉਹ ਯਾਰ ਮੈਨ ਹੇਅਰ ਗਰੋਥ ਮੈਨ ਹੇਅਰ ਗਰੋਥ ਜੀ ਹਾਂ ਵਾਲਾਂ ਨੂੰ ਵਧਾਉਣ ਵਾਸਤੇ ਨਹਾਉਣ ਲੱਗਿਆ ਇਹ ਸ਼ੈਂਪੂ ਇਸਤੇਮਾਲ ਕਰੋ ਨਹਾਉਣ ਲੱਗਿਆ ਨਾਸ਼ਤੇ 'ਚ ਕੌਣ ਕਰਦਾ ਬਸ ਸ਼ੈਂਪੂ ਇਸਤੇਮਾਲ ਨਹਾਉਣ ਲੱਗਿਆ ਹੀ ਲਾਉਣਾ ਇਹਨਾਂ ਨੂੰ ਦੱਸਣਾ ਹੁੰਦਾ ਵਾ ਨਾ ਕਈ ਤੇਰੇ ਵਰਗੇ ਵੈਸੇ ਵੀ ਲਾ ਲੈਂਦੇ ਆ ਅਤੇ ਫਿਰ ਇਹ ਤੁਹਾਡੇ ਵਾਲਾਂ ਨੂੰ ਬਿਹਤਰੀਨ ਹਰਬਲ ਚੀਜ਼ਾਂ ਜੀ ਹਰਬਲ ਚੀਜ਼ਾਂ ਨੇ ਇਹਦੇ 'ਚ ਕੋਈ ਸਟੀਰਾਇਡ ਨਹੀਂ ਚਿਲਤਨ ਪਿਓਰ ਦੀ ਅਤੇ ਸਾਡੀ ਫਿਲਮ ਆ ਰਹੀ ਹੈ ਜੀ ਸੁਪਰ ਪੰਜਾਬੀ ਹਾਂਜੀ ਸੁਪਰ ਪੰਜਾਬੀ ਪ੍ਰੋਡਿਊਸਰ ਨੇ ਉਹਦੇ ਮਲਕ ਸਫਦਰ ਸਾਹਿਬ ਔਰ ਇਫਤਖਾਰ ਠਾਕਰ ਸਾਹਿਬ ਹਾਂਜੀ ਉਸ ਤੋਂ ਇਲਾਵਾ ਬੜੇ ਬੜੇ ਸੁਪਰ ਸਟਾਰ ਜਿਨ੍ਹਾਂ 'ਚ ਇਫਤਖਾਰ ਸਾਹਿਬ ਵੀ ਸ਼ਾਮਲ ਆ ਅਤੇ ਨਾਸਰ ਚਨਿਓਟੀ ਸਾਹਿਬ ਨਵਾਜ਼ ਅੰਜਮ ਸਾਹਿਬ ਕੈਸਰ ਪੀਆ ਸਾਹਿਬ ਬਿਹਤਰੀਨ ਸੁਪਰ ਸਟਾਰ ਨੇ ਅੱਖ ਨਾ ਕੋਈ ਚਪਕਾਵੇ ਮੋਬਾਈਲ ਨੂੰ ਪੜਥੂ ਪਾਵੇ ਇਹਨੂੰ ਹਰ ਵੇਲੇ ਵੇਖੀ ਜਾਵੇ ਲਬੇਲਾ ਟੀਵੀ ਗੱਲ ਸੁਣ ਮੇਰਾ ਪੁੱਤ ਮੇਰਾ ਚਾਹਨੇ ਸਾਰੀ ਦੁਨੀਆ ਗਈ ਇਹਨੂੰ ਮਾਨੇ ਇਹ ਚੈਨਲ ਨੰਬਰ 1 ਨੇ ਲਬੇਲਾ ਟੀਵੀ ਠਾਕਰ ਸਾਹਿਬ ਕਿੱਧਰ ਜਾ ਰਹੇ ਸੀ ਹਾਂਜੀ ਕਿੱਧਰ ਜਾ ਰਹੇ ਸੀ ਉਹ ਅੱਜ ਪ੍ਰੈਸ ਕਾਨਫਰੰਸ ਹੈਗੀ ਨਾ ਹਾਂ ਮਾਸ਼ਾਅੱਲਾ ਤੇ ਉੱਥੇ ਤੇ ਕਾਫੀ ਮੀਡੀਆ ਇਕੱਠਾ ਹੋਇਆ ਮੈਨੂੰ ਕਾਫੀ ਲੋਕਾਂ ਦੇ ਫੋਨ ਆ ਰਹੇ ਨੇ ਕਿ ਤੁਹਾਡੀ ਫਿਲਮ ਅੱਗੇ ਕਿਉਂ ਜਾ ਰਹੀ ਹੈ ਮਤਲਬ ਹਾਂ ਬਸ ਉਹਦੇ ਵਾਸਤੇ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਹਾਂ ਜੀ ਫਿਲਮ ਸਾਡੀ ਨਾ ਜੀ 3 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਸੀ ਤਕਰੀਬਨ ਕੋਈ 10-15 ਦਿਨ ਰਹਿ ਗਏ ਬਿਲਕੁਲ ਅਸੀਂ ਵੀ ਅਲਬੇਲਾ ਟੀਵੀ 'ਤੇ ਧੂੜਾਂ ਪੁੱਟੀਆਂ ਸੀ ਜੀ ਪੂਰੀ ਦੁਨੀਆ ਦੇ ਵਿੱਚ ਉਹਦੀ ਪਬਲਿਸਿਟੀ ਹੈ ਸਰ ਪੂਰੀ ਦੁਨੀਆ ਤੋਂ ਕਾਲਾਂ ਆ ਰਹੀਆਂ ਸਨ ਲੋਕ ਬੜੇ ਐਕਸਾਈਟਡ ਸਨ ਸਾਡਾ ਟ੍ਰੇਲਰ ਜਿਹੜਾ ਹੈਗਾ ਉਹਨੇ ਬਹੁਤ ਥੋੜ੍ਹੇ ਦਿਨਾਂ ਦੇ ਵਿੱਚ ਬੜੀ ਹਾਈਪ ਲਈ ਜੀ ਬੇਸ਼ੱਕ ਉਸਦੀ ਵਜ੍ਹਾ ਇਹ ਸੀ ਕਿ ਫਿਲਮ ਜਿਹੜੀ ਹੈ ਨਾ ਜੀ ਸਾਡੀ ਉਹ ਅਲਹਮਦੁਲਿਲਾ ਜੋ ਇਸ ਵੇਲੇ ਦੁਨੀਆ ਮੰਗ ਰਹੀ ਹੈ ਜਿਹਨੂੰ ਅਸੀਂ ਮਾਡਰਨ ਸਿਨੇਮਾ ਥੀਏਟਰ ਕਹਿੰਦੇ ਹਾਂ ਬਿਲਕੁਲ ਬਿਲਕੁਲ ਉਹਦੇ ਜੀ ਸਿਨੇਮੈਕਸ ਕਹਿੰਦੇ ਉਹਨੂੰ ਹਾਂਜੀ 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 ਉਹਦੇ ਬਿਲਕੁਲ ਐਨ ਮੁਤਾਬਿਕ ਹੈ ਅਲਹਮਦੁਲਿਲਾ ਅਕੋਰਡਿੰਗ ਟੂ ਸਿਨੇਮੈਕਸ ਜੀ 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 ਜੋ ਟੈਕਨੋਲੋਜੀ ਪੂਰੀ ਦੁਨੀਆ ਦੇ ਵਿੱਚ ਇਸ ਵੇਲੇ ਇਸਤੇਮਾਲ ਹੋ ਰਹੀ ਹੈ ਅਸੀਂ ਉਸੇ ਟੈਕਨੋਲੋਜੀ ਦੀ ਫਿਲਮ ਬਣਾਈ ਹੈ ਵਾਹ ਵਾਹ ਔਰ ਮੁਕੰਮਲ ਇੰਟਰਟੇਨਮੈਂਟ ਫਿਲਮ ਹੈ ਜੀ ਬੇਸ਼ੱਕ ਇਹਦੇ 'ਚ ਕੋਈ ਸ਼ੱਕ ਨਹੀਂ ਲੋਕਾਂ ਨੂੰ ਬੜਾ ਪਸੰਦ ਆਇਆ ਲੋਕ ਫਿਲਮ ਜੀ 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 ਅਤੇ ਮੈਂ ਲੋਕਾਂ ਨੂੰ ਦੱਸਿਆ ਕਿ ਇਹ ਫਿਲਮ ਅਸੀਂ 20 ਦਿਨਾਂ ਦੇ ਅੰਦਰ ਅੰਦਰ ਬਣਾਤੀ ਉਹ ਮੰਨਦਾ ਹੀ ਕੋਈ ਨਹੀਂ ਮੈਂ ਕਿਹਾ ਜਿੰਨੀਆਂ ਵੀ ਕਾਮਯਾਬ ਫਿਲਮਾਂ ਤੁਸੀਂ ਚੁੱਕ ਕੇ ਦੇਖ ਲਓ ਪੱਟੀ ਸਾਹਿਬ ਦੀ ਫਿਲਮ ਜ਼ੁਲਮ ਦਾ ਬਦਲਾ ਹੋਈ ਹਾਂਜੀ 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 ਕਿੰਨੇ ਦਿਨਾਂ ਹੀ ਬਣੀ ਉਹ ਦੁਬਈ ਚਲੋ ਦੁਬਈ ਚਲੋ ਹੈਦਰ ਚੌਧਰੀ ਸਾਹਿਬ ਦੀ ਫਿਲਮ ਸੁਪਰ ਹਿੱਟ ਫਿਲਮ ਜੀ ਆ ਉਹ ਵੀ 18-19 ਦਿਨਾਂ 'ਚ ਫਿਲਮਾਂ ਬਣੀ ਸੀ 19 ਦਿਨਾਂ ਦੇ ਵਿੱਚ ਫਿਲਮ ਉਹ ਨਹੀਂ ਕਾਊਂਟ ਕਰਦੇ ਕਿ 2 ਸਾਲ ਲੱਗ ਗਏ 3 ਸਾਲ ਉਹਦਾ ਸਕ੍ਰਿਪਟ ਮਜ਼ਬੂਤ ਹੋਣਾ ਚਾਹੀਦਾ ਯੈਸ ਉਹਦੇ 'ਚ ਜਿਹੜੇ ਡਾਇਲੋਗ ਨੇ ਜਾਂ ਜਿਹੜਾ ਸਿਚੁਏਸ਼ਨ ਦਿੱਤੀ ਹੈ ਉਹ ਬੜੀ ਖੂਬਸੂਰਤ ਹੈ ਅੱਛਾ ਜੀ ਮੈਂ ਨਾ ਜੀ ਪਿਛਲੇ 4-5 ਸਾਲਾਂ ਦੇ ਵਿੱਚ ਉਸ ਪੰਜਾਬ ਦੇ ਨਾਲ ਰਹਿ ਕੇ ਕੰਮ ਕੀਤਾ ਬੇਸ਼ੱਕ ਪਹਿਲੇ ਮੈਂ ਸਿਰਫ ਸੁਣਿਆ ਸੀ ਕਿ ਫਿਲਮ ਪੇਪਰ 'ਤੇ ਬਣਦੀ ਹੈ ਸ਼ੂਟਿੰਗ ਤੋਂ ਪਹਿਲੇ ਹਾਂਜੀ ਹਾਂਜੀ ਅੱਛਾ ਮੈਂ ਨਾ ਜੀ ਅਕਸਰ ਬੇਸ਼ਤਰ ਇਹ ਸੋਚਦਾ ਸੀ ਕਿ ਯਾਰ ਇਹ ਕਿਵੇਂ ਹੋ ਸਕਦਾ ਹੈ ਕਿ ਵੀ ਫਿਲਮ ਪੇਪਰ 'ਤੇ ਬਣਦੀ ਹੈ ਸ਼ੂਟਿੰਗ ਬਾਅਦ 'ਚ ਹੁੰਦੀ ਹੈ ਜਿੰਨੀ ਦੇਰ ਪ੍ਰੈਕਟੀਕਲ ਨਾ ਹੋਵੇ ਯਾ ਸੁੱਕਾ ਤੋਂ ਕਿਵੇਂ ਹੋ ਸਕਦਾ ਸਰ ਲੇਕਿਨ ਮੈਂ ਪਿਛਲੇ 4-5 ਸਾਲਾਂ ਦੇ ਵਿੱਚ ਵੇਖਿਆ ਵਾਕਈ ਉਹ ਪੇਪਰ 'ਤੇ ਫਿਲਮ ਬਣਦੀ ਹੈ ਜੀ ਪੇਪਰ ਦੇ ਸਾਡੇ ਸਟੂਡੀਓ ਵਾਲੇ ਟੇਬਲ 'ਤੇ ਬਣਾਉਂਦੇ ਹਾਂਜੀ 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 ਉਹ ਸਿਰਫ ਪੇਪਰ ਦੇ ਉੱਤੇ ਫਿਲਮ ਬਣਦੀ ਹੈ ਉਹਦੀ ਪਲੈਨਿੰਗ ਸਾਰੀ ਐਕੋਰੇਟ ਜਦੋਂ ਹੋ ਜਾਂਦੀ ਹੈ ਅਤੇ ਸ਼ੂਟ ਰਹਿ ਜਾਂਦੀ ਹੈ ਮੈਨੂੰ ਨਾ ਜੀ ਇੱਕ ਬਹੁਤ ਵੱਡਾ ਝਟਕਾ ਲੱਗਾ ਸੀ ਚੱਲ ਮੇਰਾ ਪੁੱਤ 1 ਜਦੋਂ ਬਣਾ ਰਹੇ ਸਾਂ ਬੇਸ਼ੱਕ ਪਹਿਲੀ ਜਦੋਂ ਬਣਾ ਰਹੇ ਸਾਂ ਅਤੇ ਅਸੀਂ ਨਾ ਜੀ ਜਦੋਂ ਮੈਂ ਨਾਸਰ ਚਨਿਓਟੀ ਸਾਹਿਬ ਔਰ ਅਕਰਮ ਉਦਾਸ ਸਾਹਿਬ ਲਾਹੌਰ ਏਅਰਪੋਰਟ ਤੋਂ ਬੈਠੇ ਹਾਂ ਅਤੇ ਮੇਰੇ ਵਟਸਐਪ ਦੇ ਉੱਤੇ ਨਾ ਜੀ ਉਸ ਫਿਲਮ ਦਾ ਇਸ਼ਤਿਹਾਰ ਆਇਆ ਵਾਹ 26 ਜੁਲਾਈ ਦਾ ਮੈਂ ਫੌਰਨ ਫੋਨ ਕੀਤਾ ਜਨਜੋਤ ਵਿਰਾਸਤ ਸਾਹਿਬ ਨੂੰ ਪੰਜਾਬ ਮੈਂ ਕਿਹਾ ਭਾਏ ਨਾ ਅਸੀਂ ਤਾਂ ਅੱਜ ਜਾ ਰਹੇ ਹਾਂ ਸ਼ੂਟਿੰਗ 'ਤੇ ਇੰਗਲੈਂਡ ਅਤੇ ਫਿਲਮ ਦਾ ਤਾਂ ਇਸ਼ਤਿਹਾਰ ਆ ਗਿਆ ਵਾਹ ਉਹਨਾਂ ਨੇ ਕਿਹਾ ਯਾਰ ਫਿਲਮ ਤਾਂ ਤਿਆਰ ਹੈ ਸਿਰਫ ਸ਼ੂਟਿੰਗ ਹੀ ਕਰਨੀ ਹੈ ਉਹ ਮੇਰੇ ਦਿਮਾਗ ਦੇ ਵਿੱਚ ਟਨ ਹੋਈ ਸੀ ਮਤਲਬ ਉਹਨਾਂ ਦਾ ਹੋਮਵਰਕ ਬਹੁਤ ਅੱਛਾ ਹੋਮਵਰਕ ਸਰ ਬਹੁਤ ਅੱਛਾ ਹੁੰਦਾ
ਸੋ ਇਸ ਫਿਲਮ ਦੇ ਵਿੱਚ ਨਾ ਜੀ ਅਬੂ ਅਲੀਆ ਸਾਹਿਬ ਜਿਹੜੇ ਸਾਡੇ ਫਿਲਮ ਦੇ ਰਾਈਟਰ ਔਰ ਡਾਇਰੈਕਟਰ ਨੇ ਵਿੱਚ ਵਿੱਚ ਲੜ ਵੀ ਪੈਂਦੇ ਸੀ ਉਹਦੀ ਵਜ੍ਹਾ ਸੀ ਨਾ ਕਿ ਉਹਨਾਂ ਦੀ ਪਲਾਨਿੰਗ ਤੋਂ ਤੁਸੀਂ ਹਟੋਗੇ ਤੇ ਉਹਨਾਂ ਨੂੰ ਲੱਗਦਾ ਸੀ ਕਿ ਸਕੈਜੂਲ ਡਿਸਟਰਬ ਹੋ ਰਿਹਾ ਠੀਕ ਹੈ ਸੋ 15 ਦਿਨ ਦੇ ਵਿੱਚ ਫਿਲਮ ਅਸੀਂ ਤਿਆਰ ਕੀਤੀ ਹੈ ਅਲਹਮਦੁਲਿਲਾ ਕਿਉਂਕਿ ਅਸੀਂ ਪੇਪਰ ਦੇ ਉੱਤੇ ਬਣਾ ਲਈ ਸੀ ਸਰ ਫਿਲਮ ਬਾਕੀ ਤੁਸੀਂ ਜਿਹੜੀ ਡੇਟ ਸਾਨੂੰ ਦਿੱਤੀ ਵੀ ਇਹ ਇਹ ਡੇਟਾਂ ਤੁਹਾਡੀਆਂ ਚਾਹੀਦੀਆਂ ਅਸੀਂ ਗਏ ਹਾਂ ਅਤੇ ਅੱਗੇ ਉਹ ਕੰਮ ਸਾਡਾ ਹੀ ਸੀ ਜੀ ਸਰ ਜੀ ਸਰ ਜੀ ਸਰ ਇਹਨਾਂ ਨੂੰ ਅਸੀਂ ਤਕਸੀਮ ਕੀਤਾ ਸੀ ਸਰ 3 ਸਪੈਲ ਦੇ ਉੱਤੇ 5 ਦਿਨ ਦਾ ਇੱਕ ਸਪੈਲ ਇੱਕ ਦਿਨ ਦੀ ਛੁੱਟੀ 5 ਦਿਨ ਦਾ ਇੱਕ ਸਪੈਲ ਇੱਕ ਦਿਨ ਦੀ ਛੁੱਟੀ ਸੋ ਦਿਨ ਸਾਨੂੰ ਲੱਗੇ 17 ਕਿਉਂਕਿ 2 ਛੁੱਟੀਆਂ ਸਨ 15 ਦਿਨ 'ਚ ਅਸੀਂ ਫਿਲਮ ਮੁਕੰਮਲ ਕਰ ਲਈ ਸਾਡਾ ਜਿੰਨਾ ਵੀ ਸਟੂਡੀਓ ਦਾ ਕੰਮ ਸੀ ਨਾ ਜੀ ET ਸਟੂਡੀਓ ਦੇ ਵਿੱਚ ਹੋ ਰਿਹਾ ਕਰਾਚੀ ਦੇ ਵਿੱਚ ਇਹ ਪਹਿਲੇ ਸਾਰੇ ਬੈਂਕੋਕ ਜਾਂਦੇ ਸਨ ਫਿਲਮ ਵਾਸਤੇ ਕਲਰਿੰਗ ਵਾਸਤੇ ਹਾਂ ਯੈਸ ਐਡੀਟਿੰਗ ਕਲਰ ਡਿਜ਼ਾਈਨਿੰਗ ਸਾਰੀ ਜੋ ਵੀ ਹੈ ਸੀ ਉਹ ਸਾਰੇ ਲੋਕ ਬਾਹਰ ਚਲੇ ਜਾਂਦੇ ਹੁਣ ਕਰਾਚੀ ਦੇ ਵਿੱਚ ਮੌਜੂਦ ਹੈ ET ਸਟੂਡੀਓ ਇਹਤਸ਼ਾਮ ਬਾਈ ਹੈ ਉਨਕੇ ਪਾਸ ਲੇਟੈਸਟ ਸਾਰੀ ਟੈਕਨੋਲੋਜੀ ਹੈ ਸਰ ਵਾਹ ਯਾਨੀ ਕਿ ਪਾਕਿਸਤਾਨ 'ਚ ਆ ਗਈ ਇਹ ਚੀਜ਼ ਮੌਜੂਦ ਹੈ ਸਰ ਹੁਣ ਅਸੀਂ ਪਾਕਿਸਤਾਨ ਦੇ ਵਿੱਚ ਅੱਛੀ ਤੋਂ ਅੱਛੀ ਫਿਲਮ ਬਣਾ ਸਕਦੇ ਹਾਂ ਸਰ ਅਸੀਂ ਹਾਲੀਵੁੱਡ ਨਾਲ ਪੰਗਾ ਲੈ ਸਕਦੇ ਹਾਂ ਮੈਂ ਜੋ ਕਹਿ ਰਿਹਾ ਸਰ ਬੇਸ਼ੱਕ ਸਰ ਅਸੀਂ ਬਾਲੀਵੁੱਡ ਨਾਲ ਪੰਗਾ ਲੈ ਸਕਦੇ ਹਾਂ ਅਸੀਂ ਤਾਮਿਲ ਨਾਲ ਪੰਗਾ ਲੈ ਸਕਦੇ ਹਾਂ ਉਹ ਇਤਸ਼ਾਮ ਸਾਹਿਬ ਸਰ ਜਿਹੜੇ ਇਤਸ਼ਾਮ ਸਾਹਿਬ ET ਸਟੂਡੀਓ ਹਾਂ ਜੀ ਉਹ ਮੇਰੀ ਤਸਵੀਰ ਸਾਫ਼ ਆ ਸਕਦੀ ਉਹਨਾਂ ਕੋਲੋਂ ਦੇਖੋ ਉਹਨਾਂ ਨੇ ਮਸ਼ੀਨਾਂ ਜਿੰਨੀਆਂ ਉਹਨਾਂ ਕੋਲ ਸਨ ਜੀ ਉਹ ਟਰਾਈ ਕੀਤੀਆਂ ਨੇ ਔਰ ਕੁਛ ਨਾ ਕੁਛ ਬਿਹਤਰ ਬਾਹਰ ਉਹਨਾਂ ਨੇ ਤੁਹਾਡਾ ਮੂੰਹ ਕੀਤਾ ਲੇਕਿਨ ਫਿਰ ਵੀ ਉਹਨਾਂ ਨੇ 51 ਦੱਸੀ ਤੁਹਾਨੂੰ ਜ਼ਿਆਦਾ ਇਸਤੇਮਾਲ ਕਰੋ ਹਾਂਜੀ ਲੇਕਿਨ ਇਹ ਵੀ ਕਿ ਅਗਰ ਨਾਸ਼ਤੇ 'ਚ ਖਾਓ ਤੇ ਆਹੋ ਅਗਰ ਕੱਚੀ ਖਾਓ ਤੇ ਬਿਹਤਰ ਹਾਂਜੀ ਹਾਂਜੀ ਬਲਕਿ ਤੁਸੀਂ ਸਾਈਡ ਵਾਲੀ ਜੇਬ 'ਚ 51 ਰੱਖਿਆ ਕਰੋ ਬਿਲਕੁਲ ਠੀਕ ਹੈ ਅਗਰ ਜੇਬ ਦੇ ਵਿੱਚ ਹੋਏਗੀ ਤਾਂ ਤੁਹਾਨੂੰ ਤਸੱਲੀ ਵੀ ਹੋਏਗੀ ਕਿ ਮੈਂ ਕੁਛ ਬਿਹਤਰ ਹਾਂ ਕਿਉਂਕਿ ਮੌਤ ਤੋਂ ਇਲਾਵਾ ਹਰ ਇਲਾਜ ਆ ਉਹਦੇ 'ਚ 51 'ਚ 51 'ਚ ਲਓ ਕਲਰਿੰਗ ਦਾ ਵੀ ਇਲਾਜ 51 'ਚ ਹੀ ਹੈ ਸਰ ਮੌਤ ਤੋਂ ਇਲਾਵਾ ਅਗਰ ਅੱਛਾ ਜੀ ਹਾਂ ਦੋ ਦਿਨ ਨਹੀਂ ਖਾਏਗਾ ਤਾਂ ਤੇਰੀ ਮੌਤ ਹੈ ਹਾਂਜੀ ਲੋਕ ਇਨਸ਼ਾ ਮੈਂ ਲੋਕਾਂ ਨੂੰ ਕਿਹਾ ਕਿ ਠਾਕਰ ਸਾਹਿਬ ਘਰ ਬਹਿ ਕੇ ਫੈਸਲਾ ਨੀ ਹੁੰਦਾ ਕਿ ਚੰਗੀਆਂ ਮਾੜਾ ਤੁਸੀਂ ਪਹਿਲੇ ਉਸ ਚੀਜ਼ ਨੂੰ ਵਾਚ ਕਰੋ ਜਾ ਕੇ ਦੇਖੋ ਫੈਮਿਲੀ ਦੇ ਨਾਲ ਹਾਂਜੀ ਹਾਂਜੀ ਫਿਰ ਅਗਰ ਅਸੀਂ ਅੱਛਾ ਕੰਮ ਕੀਤਾ ਤੁਸੀਂ ਸਾਨੂੰ ਦੱਸ ਦਿਓ ਅਗਰ ਨਹੀਂ ਕੀਤਾ ਤੁਸੀਂ ਕਮੈਂਟਸ ਕਰ ਦਿਓ ਵੀ ਕੱਖ ਨਹੀਂ ਤੁਸੀਂ ਸਾਹਿਬ ਮੈਂ ਨਾ ਸੋਰੀ ਲੇਟ ਹੋ ਗਿਆ ਮੈਂ ਪ੍ਰੈਸ ਕਲੱਬ ਦਾ ਸੁਣ ਕੇ ਨਾ ਮੈਂ ਪੈਂਟ ਵੀ ਪ੍ਰੈਸ ਨਹੀਂ ਕੀਤੀ ਸਰ ਮੇਰੇ ਹਿਸਾਬ ਦੇ ਵਿੱਚ ਨਾ ਤੁਸੀਂ ਪੈਦਾਇਸ਼ 'ਚ ਵੀ ਲੇਟ ਹੋਏ ਹੋ ਆਹਾ ਅਗਰ ਤੁਸੀਂ ਥੋੜ੍ਹੀ ਦੇਰ ਪਹਿਲੇ ਆ ਜਾਂਦੇ ਨਾ ਹਾਂਜੀ ਹਾਂਜੀ ਲੇਟ ਤੁਸੀਂ ਪਾਤਾ ਵਾ ਮੈਂ ਅੱਛਾ ਜੀ ਇਹ ਫਿਲਮ ਸਾਡੀ ਪੂਰੇ ਵਰਲਡ 'ਚ ਲੱਗ ਰਹੀ ਹੈ ਜੀ ਇਹ ਸਰ 1284 ਸਕਰੀਨਾਂ 'ਤੇ ਲੱਗ ਰਹੀ ਹੈ 102 ਸਕਰੀਨਾਂ ਪਾਕਿਸਤਾਨ ਦੀਆਂ ਬੇਸ਼ੱਕ ਉਸ ਤੋਂ ਇਲਾਵਾ ਕੈਨੇਡਾ ਅਮੈਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਪੂਰੇ UK ਔਰ ਯੂਰਪ ਦੇ ਵਿੱਚ ਲੱਗ ਰਹੀ ਹੈ ਔਰ ਇਹਦੀ ਸਭ ਤੋਂ ਮਜ਼ੇਦਾਰ ਗੱਲ ਇਹ ਵੇ ਕਿ ਇਹ ਦੇਸੀ ਸਿਨੇਮਿਆਂ 'ਤੇ ਵੀ ਲੱਗ ਰਹੀ ਹੈ ਅੱਛਾ ਜੀ ਇਹਦੇ 'ਚ ਨਾ ਇੱਕ ਹੁੰਦਾ ਡਿਜੀਟਲ ਠੀਕ ਹੈ ਜੀ ਡਿਜੀਟਲ ਜੋ ਅੱਜ ਕੱਲ੍ਹ ਚੱਲ ਰਿਹਾ ਜਿਹਦੇ 'ਚ ਫਿਲਮ ਸੈਂਡਿੰਗ ਹੋ ਜਾਂਦੀ ਹੈ ਜੀ 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 ਔਰ ਦੂਸਰਾ ਜਿਹਨੂੰ ਅਸੀਂ DCP ਨਾਲ ਚਲਾਉਂਦੇ DCP ਨਾਲ ਇੱਕ ਹੁੰਦਾ ਈ-ਪ੍ਰਿੰਟ ਵਾਹ ਵਾਹ ਈ-ਪ੍ਰਿੰਟ ਜਿਹੜਾ ਹੁੰਦਾ ਨਾ ਜੀ ਉਹ ਇਹਨਾਂ ਸੈਨਮੇ ਦੇ ਉੱਤੇ ਕੈਪੀਟਲ ਓਡੀਅੰਸ ਲਕਸ਼ਮੀ ਵਾਲੇ ਸੈਨਮੇ ਇਸ ਤਰ੍ਹਾਂ ਸਿਰਫ ਪਾਕਿਸਤਾਨ 'ਚ ਨਹੀਂ ਹੈਗੇ ਪੂਰੀ ਦੁਨੀਆ 'ਚ ਯੈਸ ਕੋਰੀਅਨ ਟੈਕਨੋਲੋਜੀ ਹੈ DCP ਟੈਕਨੋਲੋਜੀ ਹੈ ਔਰ ਈ ਟੈਕਨੋਲੋਜੀ ਹੈ ਅਸੀਂ ਇਸ ਫਿਲਮ ਨੂੰ ਹਰ ਉਸ ਟੈਕਨੋਲੋਜੀ ਦੇ ਉੱਤੇ ਲੈ ਆਉਂਦਾ ਜਿਹਦੇ ਵਿੱਚ ਮੇਰੇ ਨਾਲ ਜੀ ਦੋਸਤੀ ਯਾਰੀ ਜਿਹੜੀ ਹੈਗੀ ਉਹ ਚੂੰਕਿ ਮਿਹਨਤ ਕਸ਼ਾਂ ਨਾਲ ਰੇੜੀ ਬਾਨਾਂ ਨਾਲ ਟਾਂਗਿਆਂ ਵਾਲਿਆਂ ਨਾਲ ਠੀਕ ਹੈ ਜੀ ਛੋਟੇ ਛੋਟੇ ਜਿਹੜੇ ਠੇਲੇ ਲਾਉਂਦੇ ਨੇ ਉਹ ਸਾਡੇ ਵਾਸਤੇ ਦੁਆ ਗੋ ਹੁੰਦੇ ਨੇ ਸਾਡੇ ਨਾਲ ਬੜਾ ਪਿਆਰ ਕਰਦੇ ਬੇਸ਼ੱਕ ਬੇਸ਼ੱਕ ਸੋ ਮੈਂ 1500 ਵਾਲਿਆਂ ਨੂੰ ਵੀ ਫਿਲਮ ਦਿਖਾਉਣੀ ਹੈ ਮੈਂ $100 ਵਾਲੇ ਨੂੰ ਵੀ ਫਿਲਮ ਵਿਖਾਉਣੀ ਹੈ ਯੂਰੋ ਵਾਲੇ ਨੂੰ ਵੀ ਅਤੇ ਮੈਂ ਆਪਣੇ ਮਿਹਨਤ ਕਸ਼ ਭਰਾ ਨੂੰ 200 'ਚ ਵੀ ਫਿਲਮ ਦਿਖਾਉਣੀ ਵੀ ਦਿਖਾਉਣੀ ਜੀ ਸਰ ਬਲਕਿ 200 ਵਾਲੇ ਨੂੰ ਅਸੀਂ ਨਾਲ ਚਾਹ ਵੀ ਪਿਆਉਣੀ ਜੀ ਚਾਹ ਵੀ ਪਿਆਉਣੀ ਹੈ ਔਰ ਇਹ ਗੋਗਾ ਨਾਲ ਦੇਵਾਂਗੇ ਹਲਕੀ ਹਲਕੀ ਮਾਲਿਸ਼ ਵੀ ਉਹਨਾਂ ਨੂੰ ਕਰਵਾ ਰਹੇ ਫਿਲਮ ਵੇਖੇਗਾ ਨਾ ਨਾਲ ਨਾਲ ਘੁੱਟੇਗਾ ਉਹਨਾਂ ਨੂੰ ਬਹੁਤ ਅੱਛਾ ਯਾਨੀ ਕਿ ਮੈਂ ਇੱਕ ਹੱਥ ਮੇਰਾ ਪਿੰਨੀ ਨੂੰ ਹੋਵੇ ਦੂਜਾ ਮੈਂ ਕਹਾਂ ਮੇਰਾ ਸ਼ਾਟ ਵੇਖ ਉੱਧਰ ਨਹੀਂ ਲੇਕਿਨ ਇੱਕ ਗੱਲ ਮੈਂ ਤੁਹਾਨੂੰ ਜੈਨੂਅਨ ਦੱਸ ਰਿਹਾ ਕਿਉਂਕਿ ਮੈਂ ਤੁਸੀਂ ਹਲੇ ਪੂਰੀ ਫਿਲਮ ਦੇਖੀ ਨਹੀਂ ਜਿਹੜੀ ਹੁਣ ਫਿਲਮ ਤਿਆਰ ਹੋਈ ਹੈ ਨਾ ਸਰ ਉਹ ਏਡੀ ਉਹਨੂੰ ਮੈਂ ਕਹਾਂਗਾ ਗ੍ਰਿੰਗੋ ਫਿਲਮ ਹੈਗੀ ਹੈ ਉਹਦੇ ਵਿੱਚ ਅਗਰ ਸਭ ਤੋਂ ਅੱਛਾ ਪਾਰਟ ਮੈਂ ਤੁਹਾਨੂੰ ਜੈਨੂਅਨ ਦਿਲ ਨਾਲ ਦੱਸ ਰਿਹਾ
ਫਿਲਮ ਸਕਰੀਨ ਦੇ ਉੱਤੇ ਅਗਰ ਕੋਈ ਸਭ ਤੋਂ ਬਿਹਤਰੀਨ ਔਰ ਮਨਫਰਦ ਲੱਗਾ ਤੇ ਉਹ ਗੋਗਾ ਬਸਰੂਰੀ ਸਾਹਿਬ। ਮੈਂ ਅੱਗੇ ਵੀ ਇੱਕ ਦੋ ਇੰਟਰਵਿਊ 'ਚ ਇਹੀ ਦੱਸਿਆ, ਮੈਂ ਕਿਹਾ ਇਹ ਸਾਡਾ ਜਿਹੜਾ ਕੰਮ ਆ ਨਾ ਇਹ ਸਟੇਜ ਟੀਵੀ ਤੋਂ ਹਟ ਕੇ ਆ। ਜੀ ਸਰ ਜੀ, ਮੈਂ ਜ਼ਿੰਦਗੀ 'ਚ ਐਸਾ ਗੈਟਅਪ ਨਹੀਂ ਕੀਤਾ ਜਿਹੜਾ ਮੇਰੇ ਫਿਲਮ 'ਚ ਠਾਕਰ ਸਾਹਿਬ ਨੇ ਕਰਾਇਆ। ਮੈਂ ਇਹੀ ਕਹਿਣਾ ਚਾਹੁੰਦਾ ਸੀ ਕਿ ਫਿਲਮ ਪੂਰੀ ਦੇ ਵਿੱਚ ਸਭ ਤੋਂ ਅੱਛਾ ਗੈਟਅਪ ਤੁਹਾਡਾ ਹੈ। ਤੁਹਾਡਾ ਗੈਟਅਪ ਅੱਛਾ ਹੋਇਆ, ਮੇਰੀ ਤਾਂ ਫਿਲਮ ਹੀ ਪਹਿਲੀ ਆ, ਮੇਰੇ ਤਾਂ ਠਾਕਰ ਸਾਹਿਬ ਨੇ ਡੈਬਿਊ ਕਰਾਤਾ ਮੇਰੇ। ਜੀ ਸਰ, ਡੈਬਿਊ ਔਰ ਬੜਾ ਲੈਵਲ ਡੈਬਿਊ ਹੈ, ਯਾਨੀ ਕਿ ਤੁਸੀਂ ਫਿਲਮ ਦੇ ਐਕਟਰ ਲੱਗੇ ਹੋ। ਵਾਹ ਵਾਹ, ਜਸ ਇਸ ਵਾਸਤੇ ਤਾਂ ਤੁਹਾਨੂੰ ਮੈਂ ਅਗਲੀ ਫਿਲਮ ਦੇ ਵਿੱਚ ਤਾਮਿਲ ਫਿਲਮ ਦੇ ਵਿੱਚ ਰੱਖਿਆ। ਮੈਂ ਕਿਹਾ ਤਾਮਿਲ ਇੱਕ ਫਿਲਮ ਬਣਾ ਰਿਹਾ, ਲਾਗੇ ਬਣਾ ਲਓ ਫਿਲਮ ਉਹ ਇੱਥੇ ਆਉਣ ਤਾਮਿਲ। ਅੱਛਾ ਜੀ, ਤੁਹਾਡੇ ਇਸ ਪ੍ਰੋਗਰਾਮ ਦੇ ਜ਼ਰੀਏ ਮੈਂ ਇੱਕ ਤੁਹਾਨੂੰ ਬੜੀ ਗੁੱਡ ਨਿਊਜ਼ ਦਿਆਂ। ਜੀ ਜੀ ਜੀ, ਪੂਰੀ ਦੁਨੀਆ ਦੇ ਵਿੱਚ ਨਾ ਜੀ, ਯਾਨੀ ਪੂਰੀ ਦੁਨੀਆ ਦੇ ਵਿੱਚ 24,960 ਸਕਰੀਨਾਂ ਨੇ। ਮੇਰੀ ਜਾਨੀ, ਅਸੀਂ ਨਾ ਇੰਜ ਉਂਗਲੀਆਂ ਤੇ ਗਿਣੇ ਹੁੰਦੇ ਨੇ। ਯਾਨੀ ਤੁਸੀਂ ਮੈਨੂੰ ਕਿਸ ਡੇਟ ਦੀ ਪੁੱਛੋ ਕਿ ਵੀ ਕਿਹੜੀ ਡੇਟ ਨੂੰ ਹਾਲੀਵੁੱਡ ਦੀ ਫਿਲਮ ਕਿਹੜੀ ਰਿਲੀਜ਼ ਹੋ ਰਹੀ ਹੈ, ਤਾਮਿਲ ਕਿਹੜੀ ਹੋ ਰਹੀ ਹੈ, ਬਾਲੀਵੁੱਡ ਦੀ ਕਿਹੜੀ ਹੋ ਰਹੀ ਹੈ, ਪੰਜਾਬ ਦੀ ਕਿਹੜੀ ਹੋ ਰਹੀ ਹੈ, ਈਰਾਨੀ ਕਿਹੜੀ ਹੋ ਰਹੀ, ਮੈਂ ਤੁਹਾਨੂੰ ਦੱਸ ਦਿਆਂਗਾ। ਕਿਉਂਕਿ ਸਰ ਚਾਈਨਾ 'ਚ ਜ਼ਿਆਦਾ ਸਕਰੀਨ। ਹਾਂ, ਵੈਰੀ ਗੁੱਡ, ਕਿਆ ਖੂਬਸੂਰਤ ਬਾਤ ਕੀ ਆਪਨੇ, ਜੋ ਮੈਂ ਆਪਕੋ ਬਤਾਨਾ ਚਾਹਤਾ ਹੂੰ। ਕਿੰਨੇ ਕੀ ਸਕਰੀਨ ਪੂਰੀ ਦੁਨੀਆ ਦੇ ਵਿੱਚ, ਅਸੀਂ ਲਾ ਲਓ ਜੀ 25,000 ਸਕਰੀਨਾਂ ਨੇ, ਚਲੋ ਲੇਕਿਨ ਖਾਲੀ ਚਾਈਨਾ ਦੇ ਵਿੱਚ 27,000 ਸਕਰੀਨਾਂ ਨੇ ਔਰ ਜੂਨ ਦੇ ਵਿੱਚ 1500 ਸਕਰੀਨਾਂ ਹੋਰ ਆ ਰਹੀਆਂ ਨੇ। ਇਹਦਾ ਮਤਲਬ ਹੈ ਕਿ ਜੂਨ ਦੇ ਵਿੱਚ 28,500 ਸਕਰੀਨ ਹੋ ਜਾਏਗੀ ਚਾਈਨਾ ਦੇ ਵਿੱਚ। ਪੱਲੇ ਪੱਲੇ, ਔਰ ਗੁੱਡ ਨਿਊਜ਼ ਮੈਂ ਤੁਹਾਨੂੰ ਜਿਹੜੀ ਕਹਿ ਰਿਹਾ ਉਹ ਇਹ ਵੇ ਕਿ ਮੌਲਾ ਜੱਟ ਚਾਈਨਾ ਦੇ ਵਿੱਚ ਉਹਨਾਂ ਦਾ ਐਗਰੀਮੈਂਟ ਹੋ ਗਿਆ। ਵਾਹ ਵਾਹ, ਮੌਲਾ ਜੱਟ ਜਿਹੜੀ ਬਿਲਾਲ ਲਾਸ਼ਾਰੀ ਸਾਹਿਬ ਨੇ ਫਿਲਮ ਬਣਾਈ ਹੈ, ਆਹ ਬਾਤ ਹੈ, ਉਹ ਸੁਪਰਹਿੱਟ ਪੰਜਾਬੀ ਫਿਲਮ ਹੋਈ ਸੀ ਐਕਚੁਅਲੀ ਸਰ। ਉਸ ਨੇ ਰਾਹ ਖੋਲਿਆ ਸਾਰਾ, ਖੋਲਿਆ ਖੋਲਿਆ। ਅਗਰ ਉਹਨਾਂ ਦਾ ਮਾਮਲਾ ਹੋ ਜਾਂਦਾ ਹੈ, ਯਾਨੀ ਹੋ ਗਿਆ ਹੁਣ ਤੇ, ਤੇ ਸਾਡੇ ਵਾਸਤੇ ਵੀ ਉਹ ਰਾਹ ਖੁੱਲੇਗਾ। ਰਾਹ ਖੁੱਲੇਗਾ ਜੀ, ਉਹ ਪਾਕਿਸਤਾਨ ਸਾਡੀ ਫਿਲਮ ਦੇ ਉੱਤੇ ਲੱਗੀ, ਉਹ ਗੁੱਡ ਲੱਕ ਹੈਗੀ ਪਾਕਿਸਤਾਨ। ਹਾਂ, ਉਹਦੇ ਵਿੱਚ ਹੁਣ ਸਿਰਫ ਜੁਗਤ ਜਿਹੜੀ ਹੈ ਉਹ ਮੈਂ ਹੁਣ ਗੋਗੇ ਨੂੰ ਜੋ ਕਰਨੀ ਹੋਈ ਚਾਈਨਾ ਦੇ ਵਿੱਚ, ਜ਼ਾਹਿਰ ਡਬਿੰਗ ਕਰਕੇ ਦੇਣੀ ਪੈਣੀ, ਉਹ ਮੈਂ ਕਿਵੇਂ ਕਹਾਂਗਾ ਕਿ ਹਾਈ ਪੌਂ ਛੋ ਛੋਇਆ ਪੌਈ ਛੋਇਆ ਚੋਈ ਪੋਇਆ ਛੋਇਆ ਪੌ, ਤੇ ਉਹ ਹੀ ਤਾਂ ਮੈਂ ਸੋਚ ਰਿਹਾ ਵੀ ਉਹਨਾਂ ਨੂੰ ਕਿਵੇਂ ਕਰਾਂਗੇ। ਲੇਕਿਨ ਉਹ ਕਹਿੰਦੇ ਕਿ ਇੱਕ ਐਪ ਵੀ ਆ ਗਈ ਕਿ ਤੁਸੀਂ ਜੋ ਵੀ ਬੋਲਿਆ ਉਹਨੂੰ ਬਟਨ ਨੱਪਣਾ ਤੇ ਉਸ ਜ਼ਬਾਨ 'ਚ ਚਲਾ ਗਿਆ, ਕਨਵਰਟ ਹੋ ਜਾਂਦੀ ਹੈ। ਇਹ ਉਹੀ ਗੱਲ ਤਾਂ ਮੈਂ ਤੁਹਾਨੂੰ ਕਰਨ ਲੱਗਾ ਕਿ ਦੁਨੀਆ ਦੀ ਤਰੱਕੀ ਤੁਸੀਂ ਦੇਖ ਲਓ, ਹੋਏ ਹੋਏ ਹੋਏ, ਕਿ ਅਸੀਂ ਜਦੋਂ ਡਬਿੰਗ ਕਰਾਂਗੇ ਨਾ ਜਾਂ ਉਹਦੀ ਜਿਹੜੀ ਡਬਿੰਗ ਤੁਸੀਂ ਕੀਤੀ ਹੋਈ ਹੈ, ਉਹਨਾਂ ਨੇ ਨਾ ਜੀ ਉਸ ਐਪ ਦੇ ਉੱਤੇ ਲਾ ਦੇਣੀ ਹੈ। ਵਾਹ ਵਾਹ ਵਾਹ, ਔਰ ਉਧਰ ਉਹਨਾਂ ਨੇ ਕਨੈਕਟ ਕਰ ਦੇਣਾ ਉਹਦੇ ਵਿੱਚ ਤੇ ਉਹ ਸਾਰੀ ਚਾਈਨਾ 'ਚ ਹੋ ਜਾਣੀ, ਲੋੜ ਹੀ ਨਹੀਂ ਕਰਨ ਦੀ, ਤੁਹਾਡੇ ਬੁੱਲ ਉੱਥੇ ਆਪੇ ਚੱਲ ਪੈਣਗੇ। ਅਲੱਗੇ ਚਾਈਨਾ 'ਚ ਐਸੇ ਬੰਦੇ ਹੁੰਦੇ ਨਹੀਂ, ਹੁੰਦੇ ਹੀ ਨਹੀਂ, ਔਰ ਇਹ ਬੜੀ ਗੱਲ ਹੈ, ਗੋਗਾ ਪਸਰੂਰੀ ਸਾਹਿਬ ਐਕਸੈਪਟ ਕੀਤੇ ਜਾਣਗੇ ਉੱਥੇ। ਅੱਛਾ, ਮੈਂ ਸਭ ਤੋਂ ਪਹਿਲੇ ਨਾ ਠਾਕਰ ਸਾਹਿਬ, ਨਾਸਰ ਬੜਾ ਸਾਡਾ ਪਿਆਰਾ ਭਰਾ ਹੈ, ਉਹਨੇ ਫਿਲਮ ਨੂੰ ਫੁੱਲ ਟਾਈਮ ਦਿੱਤਾ ਹੈ ਔਰ ਬੜਾ ਉਹਨਾਂ ਨੇ, ਯਕੀਨ ਕਰੋ ਉਹਨਾਂ ਕੋਲ ਹੋਰ ਵੀ ਕੰਮ ਹੈ, ਉਹਨੇ ਸਾਰਾ ਛੱਡ ਕੇ ਉਹਨੇ ਬੜੇ ਕੰਮ ਫਿਲਮ ਮੁਕੰਮਲ ਕੀਤੀ, ਉਹਨੇ ਬੜੇ ਕੰਮ ਛੱਡੇ ਨੇ ਮੇਰੇ ਮੇਰੇ ਪਿੱਛੇ। ਜਿੰਨੂੰ ਠਾਕਰ ਸਾਹਿਬ ਇਹ ਨਹੀਂ ਕਹਿੰਦੇ ਕਿ ਵਿਦ ਇਨ ਹਾਰਟ ਜਿਹੜਾ ਵਾ ਉਹ ਪੂਰੇ ਪੂਰੇ ਦਿਲ ਨਾਲ ਜੀ ਨਾਲ ਤਰ੍ਹਾਂ ਉਹਨਾਂ ਦੀ ਨਜ਼ਰ ਆਏ ਆ। ਹੋਟਲ ਆ ਰਿਹਾ, ਉੱਥੇ ਸੂਪ ਬਣਾਉਂਦੇ ਨੇ, ਸੂਪ ਮੋਬਲੈਲ ਦਾ ਲਹਿਦਾ ਬਣਾਉਂਦੇ ਨੇ ਤੇ ਕੌਰਨ ਸੂਪ ਲਹਿਦਾ ਬਣਾਉਂਦੇ ਨੇ, ਅਸੀਂ ਕੌਰਨਰ ਤੇ ਬਹਿ ਜਾਾਂਗੇ। ਨਾਲਾਂ ਖੁੱਲ ਜਾਂਦੀਆਂ, ਵੇਨਾਂ ਸਾਰੀਆਂ ਖੁੱਲ ਜਾਣੀਆਂ। ਮੇਰਾ ਪੂਰੀ ਦੁਨੀਆ ਦੇ ਵਿੱਚ ਜਿਹੜੇ ਪੰਜਾਬੀ ਨੇ ਨਾ ਉਹ ਸੁਪਰ ਪੰਜਾਬੀ ਪੰਜਾਬੀ ਨੇ, ਕਿਉਂਕਿ ਮੇਰੀ ਜ਼ਿੰਦਗੀ ਦਾ ਤਜਰਬਾ ਅੱਜ ਸਭ, ਮੈਂ 54 ਮੁਲਕ ਫਿਰਿਆ ਜੀ ਬੱਲੇ ਬੱਲੇ, ਪੰਜਾਬੀ ਦੇ ਉੱਤੇ ਜਦੋਂ ਵੀ ਕੋਈ ਮੁਸ਼ਕਿਲ ਆਈ ਹੈ ਨਾ ਸਰ, ਪੰਜਾਬੀ ਨੇ ਟਾਂ ਕਰਕੇ ਉਹਦਾ ਹੱਥ ਫੜ ਲਿਆ।
ਸਰ ਇਸ ਵਾਸਤੇ ਪੂਰੀ ਦੁਨੀਆ 'ਚ ਇਹਨਾਂ ਨੂੰ ਕਿਹਾ ਜਾਂਦਾ ਹੈ ਸੁਪਰ ਪੰਜਾਬੀ ਯੈਸ ਔਰ ਸਾਡੀ ਫਿਲਮ 'ਚ ਇੱਕ ਹੋਰ ਬੜਾ ਵੱਡਾ ਮੈਸੇਜ ਹੈਗਾ ਉਹ ਲੋਕ ਫਿਲਮ ਦੇਖਣਗੇ ਤੇ ਪਤਾ ਹਾਂਜੀ ਉਹ ਸੀਗਾ ਰਾਜ 'ਚ ਹੀ ਰੱਖਿਆ ਸੀ ਯੈਸ 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 ਉਹਨੂੰ ਕਿਸੇ ਫਿਲਮ 'ਚ ਵੀ ਇਸਤੇਮਾਲ ਨਹੀਂ ਕੀਤਾ ਗਿਆ ਜੀ ਨਹੀਂ 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 ਅਸੀਂ ਮੈਸੇਜਸ ਬਣਾਉਂਦੇ ਰਵਾਂਗੇ ਦਿੰਦੇ ਰਵਾਂਗੇ ਇਸ ਦੁਨੀਆ ਨੂੰ ਇਹ ਮੇਰਾ ਆਫਿਸ ਹੈ ਜੀ ਮਾਸ਼ਾ ਅੱਲਾ ਜੀ ਬਹੁਤ ਅੱਛਾ ਗੋਗੇ ਜਾ ਤੂੰ ਸਾਫ਼ ਸੂਫ ਘਰ ਅਸੀਂ ਆ ਰਹੇ ਨਹੀਂ ਹਾਈ ਸਾਹਿਬ ਦੇਖੋ ਕਾਇਨਾਤ ਇਸ ਤਰ੍ਹਾਂ ਹੀ ਰੱਬ ਦੀ ਚੱਲਦੀ ਰਹਿਣੀ ਆ ਬੇਸ਼ੱਕ ਤੇ ਲੋਕਾਂ ਲਈ ਰਸਤਾ ਬਣੋ ਘਰ ਬਣੋ ਦੀਵਾਰ ਨਾ ਬਣੋ ਬਣਨਾ ਚਾਹੀਦਾ ਤੁਸੀਂ ਬੜੀ ਅੱਛੀ ਕਾਵਿਸ਼ ਕੀਤੀ ਹੈ ਪੈਸਾ ਲਾਇਆ ਫਿਲਮ ਤੇ ਹਾਲਾਂਕਿ ਤੁਸੀਂ ਇੱਕ ਆਰਟਿਸਟ ਹੋ ਤੁਹਾਨੂੰ ਤੇ ਪੈਸੇ ਮਿਲ ਹੀ ਰਹੇ ਤੁਸੀਂ ਜਿੱਥੇ ਮਰਜ਼ੀ ਕੰਮ ਬੜਾ ਹੀ ਅੱਲਾ ਦਾ ਅਹਿਸਾਨ ਹੈ ਸਰ ਲੇਕਿਨ ਤੁਸੀਂ ਇਹ ਵੀ ਕਾਵਿਸ਼ ਕੀਤੀ ਹੈ ਕਿ ਯਾਰ ਸਾਡੇ ਵੀ ਆਰਟਿਸਟ ਬਿਜ਼ੀ ਹੋ ਜਾਣ ਸਰ ਪੁਰਾਣੇ ਤੁਹਾਡੇ ਮੂੰਹ ਵਰਗੇ ਪਰਨਾਲੇ ਹੁੰਦੇ ਨੇ ਜਦੋਂ ਬਾਰਿਸ਼ ਆਉਣੀ ਉਦੋਂ ਪਾਣੀ ਆਉਣਾ ਲੋ ਠਾਕਰ ਸਾਹਿਬ ਚੱਲੀਏ ਫਿਰ ਪ੍ਰੈਸ ਕਾਨਫਰੰਸ ਤੇ ਆਓ ਜੀ ਬਸ 5 ਮਿੰਟ ਬਾਅਦ ਸ਼ੁਰੂ ਹੋ ਜਾਣੀ ਉਹਨਾਂ ਦੇ ਵਿੱਚ ਅਸੀਂ ਰੈਡੀ ਹੋ ਜਾਵਾਂਗੇ ਇਨਸ਼ਾਅੱਲਾ ਚਲੋ ਤੇ ਗੋਗੇ ਹਾਂਜੀ ਤੂੰ ਅੰਦਰ ਹੀ ਰਹਿ ਜੇਲ ਹੋ ਗਈ ਮੈਨੂੰ ਯਾਰ ਗੋਗੇ ਮੈਂ ਤਾਂ ਮੈਂ ਆਰਟਿਸਟ ਨਹੀਂ ਮੈਂ ਗੋਗਾ ਨਾਲ ਜਾਏਗਾ ਯਾਰ ਸਾਡੇ ਤੋਂ ਪਹਿਲੇ ਉਸ ਏਰੀਏ ਨੂੰ ਕੌਣ ਸੁਣੇਗਾ ਜਾ ਕੇ ਸਿਕਿਉਰਿਟੀ ਵਾਸਤੇ ਜ਼ਰੂਰੀ ਹੁੰਦਾ ਨਾ ਯਾਰ ਹਾਂ ਬੇਸ਼ੱਕ ਹਾਂਜੀ ਏਅਰਪੋਰਟ ਤੇ ਆ ਗਿਆ ਏਅਰਪੋਰਟ ਤੇ ਤੇਰੇ ਕੋ ਵੜਨ ਦਿੰਦਾ ਔਰ ਨਹੀਂ ਇਹਦੀ ਪ੍ਰਮੋਸ਼ਨ ਲਈ ਤੇ ਗੋਗੇ ਨੂੰ ਲੈ ਕੇ ਜਾਣਾ ਸੀ ਕੈਨੇਡਾ ਲੰਡਨ ਇੱਧਰ ਉੱਧਰ ਔਰ ਜਾਣ ਤੋਂ ਪਹਿਲੇ ਗੋਗਾ ਜੀ ਮੈਂ ਤੁਹਾਨੂੰ ਇੱਕ ਦੱਸ ਰਿਹਾ ਮੇਰੀ ਇੱਕ ਫਿਲਮ ਅੱਗੇ ਹੈਗੀ ਹੈ ਜਿਹਦਾ ਨਾਂ ਹੈ AK-47 ਇਹ ਮੈਂ ਅਨਾਊਂਸ ਨਹੀਂ ਕੀਤੀ ਹਲੇ ਅਸੀਂ ਨੈਕਸਟ ਮੂਵੀ 'ਤੇ ਜਾ ਰਹੇ ਹਾਂ ਜਿਹਨੇ ਲਾਹੌਰ ਨਹੀਂ ਵੇਖਿਆ ਬੱਲੇ 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 ਉਹਦੀ ਸ਼ੂਟ ਜਿੱਥੇ ਖਤਮ ਹੋਏਗੀ ਨਾ ਜੀ ਸਾਡੀ ਫਿਲਮ ਸ਼ੁਰੂ ਹੋਏਗੀ AK-47 ਔਰ ਜ਼ਿੰਦਗੀ ਦੇ ਵਿੱਚ ਜੋ ਮੇਰੇ ਦਿਮਾਗ ਨੇ ਕੰਮ ਕੀਤਾ ਨਾ ਜੀ ਸਭ ਤੋਂ ਇੱਕ ਬਿਹਤਰੀਨ ਜਿਹੜਾ ਰੋਲ ਉਹਦੇ ਵਿੱਚ ਹੈਗਾ AK-47 ਦੇ ਵਿੱਚ ਉਹਦੇ 'ਚ ਅਸੀਂ 70% ਪਾਕਿਸਤਾਨ ਦੀ ਸ਼ੂਟ 30% ਸਪੇਨ ਬਾਰਸਲੋਨਾ ਔਰ ਅੱਲਾ ਦੇ ਹੁਕਮ ਨਾਲ ਤੁਸੀਂ ਉਹਦੇ 'ਚ ਮੇਰਾ ਬਿਹਤਰੀਨ ਰੋਲ ਜਿਹੜਾ ਕਰ ਰਹੇ ਹੋ ਨਾ ਜੀ ਉਹਦੇ ਵਿੱਚ ਪਾਕਿਸਤਾਨ 'ਚੋਂ 5 ਬੰਦੇ 2 ਫੀਮੇਲ 3 ਮੇਲ ਔਰ ਇੱਕ ਤੁਸੀਂ ਤੁਹਾਨੂੰ ਹੁਣ ਫੀਮੇਲ ਕਹਿਣਾ ਕਿ ਮੇਲ ਕੀ ਇਹ ਕੀ ਹੋਣਗੇ ਇਹਨਾਂ ਨੂੰ ਤੁਸੀਂ ਉਹ ਜਿਹੜਾ ਫੀਮੇਲ ਤੋਂ ਇਲਾਵਾ ਇੱਕ ਹੁੰਦਾ ਨਰਮ ਮੇਲ ਕੀ ਕਹਿੰਦੇ ਹੋ ਹਾਂਜੀ ਹਾਂਜੀ ਜੀ ਮੇਲ ਜੀ ਮੇਲ ਜੀ ਮੇਲ ਤੁਸੀਂ ਸੌਫਟ 14 ਬਣਾ ਤੁਹਾਨੂੰ ਇਹਦਾ ਮੈਂ ਸਕ੍ਰਿਪਟ ਕਰ ਦੇਵਾਂਗਾ ਈਮੇਲ ਠੀਕ ਹੈ ਉਹ ਤੁਸੀਂ ਅੱਛੀ ਤਰ੍ਹਾਂ ਪੜ੍ਹ ਕੇ ਤੇ ਬਣ ਜਾਣਾ ਫਿਰ ਕੰਮ ਦੇਣ ਲੱਗੇ ਹੋ ਕਿ ਮੈਂ ਪਹਿਲੇ DNA ਕਰਾਵਾਂ ਫਿਰ ਤੁਹਾਨੂੰ ਮੈਂ ਦੱਸਾਂ ਵੀ ਮੈਂ ਆਹ ਰੋਲ ਕਰਨਾ ਸਰ ਇਹਦਾ ਇੱਕ ਰੋਲ ਹੈਗਾ ਬੜਾ ਅੱਛਾ ਉਹ ਟਰਾਂਸਜੈਂਡਰ ਦਾ ਰੋਲ ਕਰਦਾ ਅਗਰ ਉਹ ਬਣ ਜਾਏ ਤੇ ਨਹੀਂ ਸਰ ਮੈਂ ਨਾ ਜੀ ਉਹ ਇੱਕ ਉਹਦੇ ਵਿੱਚ ਨਾ ਜੀ ਇੱਕ ਉਹਦੇ ਵਿੱਚ 3 ਸਾਡੇ ਉੱਧਰ ਦੇ ਦੋਸਤ ਵੀ ਹੈਗੇ ਨੇ ਪੰਜਾਬ ਚੜ੍ਹਦੇ ਪੰਜਾਬ ਚੜ੍ਹਦੇ ਪੰਜਾਬ ਦੇ ਜਿਹੜੇ ਸਾਡੇ ਜਿਹਨੇ ਲਾਹੌਰ ਨਹੀਂ ਵੇਖਿਆ ਉਹਦੇ 'ਚ ਵੀ ਆ ਰਹੇ ਨੇ ਇਹਦੇ 'ਚ 3 ਬੰਦੇ ਜਿਹੜੇ ਹੈਗੇ ਨੇ ਨਾ ਜੀ ਉਹਨਾਂ ਨੇ ਇੱਥੇ ਆਉਣਾ ਹਾਂ ਲੇਕਿਨ ਇਹ ਜਿਹੜੀ ਫਿਲਮ ਹੈਗੀ ਨੇ ਜਿਹਦੇ 'ਚ ਤੁਸੀਂ ਮਾਸ਼ਾਅੱਲਾ ਬਿਹਤਰੀਨ ਰੋਲ ਕਰ ਰਹੇ ਉਹਦੇ 'ਚ ਨਾ ਉਹਨਾਂ ਨੇ ਸਪੇਨ ਆਉਣਾ ਅੱਛਾ ਹਾਂ ਉਹ ਪਾਕਿਸਤਾਨ ਨਹੀਂ ਆਉਣਗੇ ਉਹ ਸਪੇਨ ਆਉਣਗੇ ਮੈਂ ਵੀ ਸਪੇਨ ਜਾਵਾਂ ਤੁਹਾਡੀ ਵਜ੍ਹਾ ਤੋਂ ਸਪੇਨ ਜਾਣਾ ਪੈਣਾ ਔਰ ਤੁਸੀਂ ਨਾਲ ਜਾਣਾ ਕਿਉਂਕਿ ਪੂਰਾ ਜਹਾਜ਼ ਤੁਸੀਂ ਸੁੰਘ ਰਹੇ ਕਿਉਂਕਿ ਸਵਾਰੀਆਂ ਜ਼ਿਆਦਾ ਸਾਡੀਆਂ ਕਹਿੰਦਾ ਸਪੇਨ ਤੋਂ ਆਉਣਾ ਉਹਦਾ ਸ਼ਹਿਰ ਬਾਰਸਲੋਨਾ ਹੈਗਾ ਉਹ ਰੋਜ਼ ਧੁੱਪਦਾ ਹੋਇਆ ਮੈਨੂੰ ਤਾਂ ਸਮਝ ਨਹੀਂ ਕਿਉਂ ਜੀ ਬਾਰਸਲੋਨਾ ਰੋਜ਼ ਨਹੀਂ ਧੁੱਪਦਾ ਬਾਰਸਲੋਨਾ ਰੋਜ਼ ਧੁੰਦੇ ਨੇ ਯੈਸ ਉਹ ਵਾਰੀ ਇੱਕ ਸਵੇਰ ਤੇ ਸ਼ਾਮ ਨੂੰ ਮੈਂ ਸ਼ੂਟ ਤੋਂ ਮਹੀਨਾ ਪਹਿਲਾਂ ਜਾਣਾ ਉੱਥੇ ਨਹੀਂ ਨਹੀਂ ਜਾਣਾ ਤਾਂ ਤੁਸੀਂ ਸਾਡੇ ਨਾਲ ਹੀ ਹੈ ਲੇਕਿਨ ਇਹ ਕਿ ਉੱਥੇ ਜਾ ਕੇ ਉਹਨਾਂ ਨਾਲ ਰਲ ਜਾਣਾ ਬੜੀ ਖੁਸ਼ਕਿਸਮਤੀ ਹੋਣੀ ਵੀ ਮੈਂ ਜਾਂਦੇ ਕੰਮ ਤੇ ਲੱਗ ਜਾਣਾ ਨਹੀਂ ਉਹਨਾਂ ਨਾਲ ਜਾਂਦਿਆਂ ਤੁਸੀਂ ਰਲ ਜਾਣਾ ਕਿਹਨਾਂ ਨਾਲ ਭਲਾ ਕਿਹਨਾਂ ਜਿਹੜੇ ਉਧਰੋਂ ਫਨਕਾਰ ਆ ਰਹੇ ਨੇ ਚੜ੍ਹਦੇ ਪੰਜਾਬ ਤੋਂ ਚੜ੍ਹਦੇ ਪੰਜਾਬ ਤੋਂ ਜਿਹੜੇ ਫਨਕਾਰ ਆ ਰਹੇ ਨੇ ਜਾਂਦੇ ਤੁਸੀਂ ਉਹਨਾਂ ਨਾਲ ਰਲ ਜਾਣਾ ਵੈਸੇ ਮੈਂ ਸਪੇਨ ਫਸਟ ਟਾਈਮ ਜਾਣਾ ਵਾ ਉਸ ਤਰ੍ਹਾਂ ਮੈਂ ਪਿਛਲੇ ਦਿਨਾਂ 'ਚ ਇੱਕ ਸ਼ੂਟ ਸੀ ਮੈਂ ਬਾਹਰ ਮੈਲਸੀ ਗਿਆ ਵਾਂ ਮੈਲਸੀ ਤੱਕ ਤਾਂ ਮੈਂ ਹੋ ਗਿਆ ਲੇਕਿਨ ਸਪੇਨ ਨਹੀਂ ਅਜੇ ਤੇ ਉੱਥੇ ਇੰਨੀ ਮੈਲ ਸੀ ਕਿ ਇਸ ਤੋਂ ਘੱਟ ਸੀ ਪਹਿਲੇ ਉਹ ਯਾਰ ਮੈਨੂੰ ਤਾਂ ਨਹੀਂ 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 ਮਤਲਬ ਉੱਥੇ ਜਾ ਕੇ ਕੋ ਫਰਕ ਪਿਆ ਮੈਲਸੀ ਦੇ ਵਿੱਚ ਜਾਏਗਾ ਸ਼ੂਟ ਦੀ ਗੱਲ ਕਰਦਾ ਵਾਂ ਇੱਕ ਸ਼ਹਿਰ ਆਪਣਾ ਸ਼ਹਿਰ ਨਹੀਂ ਮੈਲਸੀ ਮੈਲਸੀ ਵਿਹਾੜੀ ਦੇ ਕੋਲ ਹਾਂਜੀ ਹਾਂਜੀ ਉੱਥੇ ਹਾਂਜੀ 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 ਉੱਥੇ ਬੜੇ ਸਾਡੇ ਦੋਸਤ ਰਹਿੰਦੇ ਨੇ ਸਾਡੇ ਇੱਕ ਦੋਸਤ ਰਹਿੰਦੇ ਨੇ ਬੂਰੇਵਾਲੇ ਦੇ ਵਿੱਚ ਅਤੀਕ ਸਾਹਿਬ ਅਤੀਕ ਸਾਹਿਬ ਬੈਸਟ ਫਰੈਂਡ ਨੇ ਸਾਡੇ ਤੁਸੀਂ ਜਦੋਂ ਵੀ ਉੱਥੋਂ ਲੰਘਣਾ ਹੋਵੇ ਨਾ ਤੁਸੀਂ ਫੌਰਨ ਦੱਸਣਾ ਕਰੋੜ ਪੱਕਾ ਵੀ ਹੈ ਨਾਲ ਹਾਂਜੀ ਕਰੋੜ ਮੈਲਸੀ ਜੀ ਸਰ ਜੀ ਸਰ ਤੇ ਉੱਧਰ ਤੁਸੀਂ ਜਾਇਆ ਕਰੋ ਬੜੇ ਬੜੇ ਜ਼ਿੰਮੇਦਾਰ ਨੇ ਉੱਥੇ ਬੜੇ ਵੱਡੇ ਲੋਕ ਨੇ ਬਾਕੀ ਗੋਗਾ ਜੀ ਸੁਪਰ ਪੰਜਾਬੀ ਹਾਂਜੀ ਸੁਪਰ ਪੰਜਾਬੀ ਤੇ ਹਿੱਟ ਆ ਜੀ ਇਨਸ਼ਾਅੱਲਾ ਇਨਸ਼ਾਅੱਲਾ ਲੋਕਾਂ ਦੇ
सुपर पंजाबी का वाकई नाम भी ऐसा वा भी लोगों नू इन्ना अट्रैक्ट किया ना इस नाम ने ते जिन्ने भी वाकई दुनिया च जिथे जिथे पंजाबी आ उन्हें कहा भाई असी जरूर देखनी है फिल्म तो जी 5 बजे वाले मेरे ख्याल लो जी प्रेस कॉन्फ्रेंस कर ली है ते ओ मोबाइल दे सूप दा ऑर्डर मैं दिता है सी ओ फिर इथे मंगा लिया ओ पहन के चले हो नहीं ओ बंदा बंदा देख के देंदे है हर बंदे नु नहीं दे देंदे हो